ਗੁਰਦੁਆਰਾ ਸਿੰਘ ਸਭਾ ਲਾਲੇਵਾਲੀ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਬਾਣੀ ਸੰਚਾਰ ਅਤੇ ਕੀਰਤਨ ਦਾ ਸੰਗਤਾਂ ਵੱਲੋਂ ਆਨੰਦ ਮਾਣਿਆ ਗਿਆ। ਅਖੀਰ ਵਿੱਚ ਅਰਦਾਸ ਉਪਰੰਤ ਪਾਠ ਦੇ ਭੋਗ ਪਾਏ ਗਏ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਤਾਰੇ ਸੁਭੇ ਅੰਧੇਰ ਕਿਹੋ ਜਿਹਾ ਅੰਧੇਰ ਸੀ, ਕਿਹੋ ਜਿਹਾ ਹਨੇਰਾ ਸੀ।
ਜਿਹਦੀ ਗੁਰੂ ਨਾਨਕ ਮਹਾਰਾਜ ਜਿਹੜੀ ਗੱਲ ਕਰ ਰਹੇ ਆ। ਸੋ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਪੁਰਬ ਦੇ ਅਵਸਰ 'ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਜਿਸ ਤਰ੍ਹਾਂ ਕਿਹਾ ਜਾਂਦਾ ਮਿੱਟੀ ਜਗ ਤਾਂ, ਜਦ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਜਦ ਉਹਨਾਂ ਦਾ ਅਵਤਾਰ ਇਸ ਜੀਵਨ ਦੇ ਵਿੱਚ ਆਇਆ, ਜੋ ਉਹਨਾਂ ਨੇ ਸਿੱਖਿਆ ਸਮਾਜ ਨੂੰ ਦਿੱਤੀ, ਉਹ ਚਾਨਣ ਹੀ ਚਾਨਣ ਕਰਦੀ ਹੈ, ਸਾਡੇ ਅੰਦਰ ਚਾਨਣ ਕਰਦੀ ਹੈ, ਸਾਡੇ ਬਾਹਰ ਚਾਨਣ ਕਰਦੀ ਹੈ। ਅਤੇ ਸਾਰੀ ਸਾਧ ਸੰਗਤ ਲੱਖ ਲੱਖ ਵਧਾਈ ਹੋਈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ।